ਗੱਲ ਬਾਤ ਨੂੰ ਇਹਨਾਂ ਨੇ ਮੂੰਹ ਮਾਂ ਬੰਨੇ ਹੋਏ ਸੀ ਗਾਲਾਂ ਕਾਫੀ ਕੱਢਣੀਆਂ ਸ਼ੁਰੂ ਕਰਤੀਆਂ ਭੱਜੇ ਆਏ ਬੋਤਲਾਂ ਮਾਰਨੀਆਂ ਸਟਾਰਟ ਕਰਤੀਆਂ पर इदा साढ़े घर कोई आके हमला करे ये सानू बहुत दुख लगन दिया ये चीज़ का सानू इंसाफ दिता पता नहीं सब कर मैं रश्मि आशु की वाइफ साढ़े घर मैं खाना बनाती पई कोई नहीं गई बाहर डैडी बैठे ही तो एक साड़ी गली के थोड़े अंकल रेंदे नाल लाली अंकल वो खड़े सी ते इन्होंने अंदर आंदे बोतलां चलानियां स्टार्ट करती तो उतो हत्तो पाई करन लग गए अंदर आके डैडी ने हत्तो पाई हुए तो काफ़ी ने धक्के धुके मारे तो गले चो खिंच के चैनी लै गए नाल साड़ी एल सी डी तोड़ गए सानू इंसाफ चाहिए दरवाजा साडा खुला ही सी इको इको साइड तो लोग होंगे एक साडा ओपन ही गा ही दरवाजा ते कोई साढ़े घर नहीं गाही ना कोई गल बात नहीं इन्होंने मूंह मां बन्ने हुए ही गाला काफी कढ़निया शुरू करतियां भज्जे आए बोतलां मारनियां स्टार्ट करतियां दस्त दातर वगैरह भी ही उन्होंने हाथ च ते मैं भज्जन की कोशिश की पर बाकी उन्होंने नुकसान साढ़ा बहुत करता सानू इंसाफ चाहिए जी चैनी खो के लै गए साडी गले च पाई पई मेरे को स्लिप भी गई धक्के कोठे भज्जी मैं भज्जी भज्जी कोठे चल गई ते इन्होंने नुकसान साढ़ा किन्ना करता ਚੈਨੀ ਵੀ ਗਲੇ ਲਾ ਹਾਂ ਜੀ ਕੀ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਜੈਸਾ ਨਕਾਲੀ ਜਿਹੜਾ ਨਾ ਇਹਨਾਂ ਦਾ ਪ੍ਰਧਾਨ ਉਹ ਸਾਨੂੰ ਧੱਕਾ ਕਰਾਂਦਾ ਪਿਆ ਨਾ ਜੈਸਾ ਸਾਨੂੰ ਫਸਾਉਂਦਾ ਪਿਆ ਕਦੀ ਕੋਈ ਰੰਜਿਸ਼ ਬਣਾ ਕੇ ਕਦੀ ਕੋਈ ਰੰਜਿਸ਼ ਸੋਨੂੰ ਸੱਬਰਵਾਲ ਵਾਕਿਆ ਇਸ ਤਰ੍ਹਾਂ ਹੋਇਆ ਕਿ 18 ਦਿਨਾਂ ਤੋਂ ਇਹਨਾਂ ਸੋਨੂੰ ਸੱਬਰਵਾਲ ਸੁਮਿਤ ਕਾਲੀ ਤੇ ਕਾਦਰ ਰਵੀ ਤੇ ਇਹਨਾਂ ਦਾ ਸਮੀਰ ਮੁੰਡਾ ਇੱਕ ਰਾਜਨ ਇਹ ਸਾਰੇ ਹੀ ਬੰਦੇ ਹੀ ਜਿਹੜੇ ਮਤਲਬ ਕਿ ਮੇਰੇ ਬੱਚਿਆਂ ਦੇ ਗੱਲ ਪਏ ਆ ਉਦੋਂ ਲੜਾਈ ਝਗੜਾ ਆਇਆ ਨਾ ਤਾਂ ਘਰ ਉਦੋਂ ਦੇ ਆਣ ਡੇ ਅਸੀਂ ਫਿਰ ਵੀ ਕੋਈ ਦੁਬਾਰਾ ਗੱਲ ਨਹੀਂ ਕੀਤੀ ਪੁਲਿਸ ਪ੍ਰਸ਼ਾਸਨ ਕੋਲ ਗਏ ਪੁਲਿਸ ਪ੍ਰਸ਼ਾਸਨ ਨੇ ਨਹੀਂ ਗੱਲ ਕਹੀ ਕਿ ਚਲੋ ਪਰਚੇ ਉਹਨਾਂ ਦਾ ਇਹ ਆ ਤੁਸੀਂ ਉਹਨਾਂ ਨੂੰ ਅਰੈਸਟ ਪਾਈ ਜਮਾਨਤਾਂ ਸਾਨੂੰ ਦਿੱਤੀਆਂ ਕੱਲ੍ਹ ਪਰਸੋਂ ਦੀਆਂ ਸਾਨੂੰ ਧਮਕੀਆਂ ਆ ਰਹੀਆਂ ਕਦੀ ਕਿਤੇ ਕਦੀ ਕਿਤੇ ਅੱਜ 14-15 ਮੁੰਡੇ ਆਏ ਆ ਮੈਂ ਬੂਹੇ ਗਾੜੀ ਖਲੋਤਾ ਸੀ ਮੇਰੀ ਨੂੰਹ ਰੋਟੀ ਬਣਾਉਂਦੀ ਆ ਘਰ ਉਹਨੇ ਚਾਨੀ ਲਿਆਂਦੀ 12-13 ਗ੍ਰਾਮ ਦੀ ਚਾਨੀ ਲਿਆਈ ਕੱਲ੍ਹ ਪਰਸੋਂ ਉਹ ਵੀ ਮੁੰਡੇ ਆਏ ਦਾਤਰ ਹੱਥ 'ਚ ਮੂਵੀਆਂ ਤੱਕ ਬਣੀਆਂ ਸਭ ਕੁਝ ਦੇਖ ਲਓ ਪੁਲਿਸ ਆਈ ਆ ਸਾਨੂੰ ਇਹੀ ਆ ਕਿ ਦੇਖੋ ਸਾਡਾ ਲੜਾਈ ਝਗੜਾ ਹੋਇਆ ਪਰ ਇੱਦਾਂ ਸਾਡੇ ਘਰ ਵਿੱਚ ਕੋਈ ਆ ਕੇ ਹਮਲਾ ਕਰੇ ਇਹ ਸਾਨੂੰ ਬਹੁਤ ਦੁੱਖ ਲੱਗਣ ਦਿਆ ਇਹ ਚੀਜ਼ ਦਾ ਸਾਨੂੰ ਇਨਸਾਫ ਦਿੱਤਾ ਜਾਵੇ ਇਹਦੇ ਵਿੱਚ ਕਾਲੀ ਸੁਮਿਤ ਕਾਲੀ ਸੋਨੂ ਸੱਬਰਵਾਲ ਅਤੇ ਕਾਦਰ ਅਤੇ ਉਹਦਾ ਮੁੰਡਾ ਸਮੀਰ ਹਾਂ ਸਾਰੇ ਸਾਡੇ ਘਰ ਦੇ ਅੰਦਰ ਵੜੇ ਮਾਰੇ ਸਾਰਾ ਮੁੱਲਾ ਖਲੋਤਾ ਕਿਸੇ ਨੂੰ ਪੁੱਛ ਲਓ ਵੀ ਕਿੰਨੇ ਮੁੰਡੇ ਸੀ ਕੀ ਰੰਜਿਸ਼ ਕੀ ਤੁਹਾਡੀ ਰੰਜਿਸ਼ ਆਪਣੇ ਨਾਲ ਨਾ ਕੋਈ ਨਹੀਂ ਆ ਰੰਜਿਸ਼ ਇਹ ਕਿ ਇਹਨਾਂ ਦੇ ਆਪਸ 'ਚ ਬੱਚਿਆਂ ਝਗੜਾ ਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਇਸ ਤਰ੍ਹਾਂ ਕੋਈ ਮੀਡੀਆ 'ਤੇ ਜਾਂਦੇ ਕਦੀ ਕਿਤੇ ਕਮਿਸ਼ਨਰ ਸਾਹਿਬ ਕੋਲ ਜਾਂਦੇ ਕਮਿਸ਼ਨਰ ਸਾਹਿਬ ਨੇ ਵੀ ਸਾਨੂੰ ਕੋਈ ਇਸ ਆਪਾਂ ਕਿਹੜਾ ਵੀ ਕੋਈ ਕਤਲ ਕੀਤਾ ਜਾਂ ਕੋਈ ਇਹੋ ਜਿਹੀ ਗੱਲ ਕੀਤੀ ਜਿਹੜੀ ਸਾਨੂੰ ਸਜ਼ਾ ਦੇਣਗੇ ਬੱਚਿਆਂ ਦਾ ਲੜਾਈ ਝਗੜਾ ਆ 23-24 ਦਾ ਪਰਚਾ ਆ ਆਪਾਂ ਜਮਾਨਤਾਂ ਕਰਾਈਆਂ ਆਪਣੇ ਘਰ ਬੈਠੇ ਇਹਨਾਂ ਦੇ ਵੀ 23-24 ਦੇ ਪਰਚੇ ਬਣੇ ਆ ਅਤੇ ਮਤਲਬ ਕਿ ਅੱਜ ਜਿਹੜੇ ਬੰਦੇ ਸਾਡੇ ਘਰ ਪਵਾ ਦਿੱਤੇ ਇਹ ਸਾਡੇ ਨਾਲ ਬਹੁਤ ਧੱਕਾ ਕੀਤਾ ਨਜਾਇਜ਼ ਕੀਤੀ ਸਾਡੇ ਨਾਲ ਮੰਗ ਮੈਂ ਪੁਲਿਸ ਪ੍ਰਸ਼ਾਸਨ ਨੂੰ ਇਹ ਕਰਾਂਗਾ ਵੱਧ ਤੋਂ ਵੱਧ ਇਹਨਾਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਜੋ ਸਾਡਾ ਨੁਕਸਾਨ ਆ ਦੇਖ ਲਓ ਤੁਸੀਂ ਤੁਹਾਡੇ ਸਾਹਮਣੇ ਹੋਇਆ ਜੇ ਅੱਜ ਚਲੋ ਮੇਰਾ ਬੱਚਾ ਛੋਟਾ ਜੀ ਮੇਰੀ ਪੋਤਰੀ ਥੱਲੇ ਨਹੀਂ ਉਹਦੇ 7 ਪੇੜ ਲੱਗ ਜਾਂਦੀ ਜਾਂ ਉਹਨੂੰ ਕੁਛ ਹੋ ਜਾਂਦਾ ਤਾਂ ਫਿਰ ਉਹਦਾ ਕੌਣ ਜ਼ਿੰਮੇਵਾਰ ਸੀ ਮੈਂ ਤਾਂ ਇਹਨਾਂ ਨੂੰ ਸੋਨੂ ਸੱਬਰਵਾਲ ਅਤੇ ਸੁਮਿਤ ਕਾਲੀ ਨੂੰ ਜੋ ਕਿ ਕੋਰਟ ਕਮੇਟੀ ਦਾ ਪ੍ਰਧਾਨ ਬਣਿਆ ਹੋਇਆ ਹੈ ਇਹਨੂੰ ਸਖ਼ਤ ਤੋਂ ਸਖ਼ਤ ਇਹ ਜਿਹੜਾ ਕਾਰਵਾਈ ਕਰਦਾ ਇਹ ਬਾਵਾ ਦਾਸ ਵਾਲਮੀਕੀ ਆਦਿ ਧਰਮ ਸਮਾਜ ਦਾ ਨਾਂ ਲੈ ਕੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਲੋਕਾਂ ਦੇ ਪਰਚੇ ਜਾਲੀ ਪਵਾ ਕੇ ਉਹਨਾਂ ਕੋਲ ਪੈਸੇ ਸਮੇੜਦੇ ਨੇ ਇਸ ਇਹ ਬਿਲਕੁਲ ਇਹ ਕੋਰਟ ਕਮੇਟੀ 'ਚੋਂ ਬਾਹਰ ਕੱਢਿਆ ਜਾਵੇ ਮੈਂ ਵੇਖਣ ਡਿਆ ਵਾਂ ਸਾਰੀ ਗੱਲ ਕਰਨੇ ਮਾਮਲੇ ਵੇਖਣੇ ਮੈਂ ਪਤਾ ਨਹੀਂ ਮੈਂ ਬਸ ਤੁਹਾਡੇ ਬੋਲਾਂ ਦਾ ਕੱਚ ਵਿੱਚੋਂ ਜਾਏਗਾ ਜੀ ਵੱਡਾ ਸਮਾਨ ਤੁਸੀਂ ਮੌਕੇ 'ਤੇ ਆਏ ਨੁਕਸਾਨ ਵਗੈਰਾ ਵੀ ਆਇਆ ਨੁਕਸਾਨ ਹੋਇਆ ਨੁਕਸਾਨ ਕਹਿੰਦੇ ਚੈਨੀ ਵੀ ਲੈ ਗਏ ਸੋਨੇ ਦੀ ਮੈਨੂੰ ਪਤਾ ਨਹੀਂ ਵੇਖਣਗੇ ਸਭ ਕੁਝ ਜੋ ਕੋਈ ਆਪ ਕਰਾਂਗੇ ਨੋਟ ਕਰਾਂਗੇ ਮੈਂ ਚਾਬੀ ਤੇ ਆਇਓ ਆਇਓ ਕੋਈ ਨਹੀਂ ਚੱਲ ਕੀ ਕਾਰਵਾਈ ਕੀਤੀ ਜਾ ਰਹੀ ਸਰ ਹੁਣ ਅਫਸਰ ਨੂੰ ਪੁੱਛ ਕੇ ਸਾਰਾ ਦੁੱਖ ਕੰਮ ਕੀਤਾ ਡਾਕਟਰ ਕੇ ਦੇਖ ਇਹਨਾਂ ਨੂੰ ਸਭ ਡਾਕਟਰੀ ਇਲਾਜ ਕਰਾਇਆ ਕਰਾਵਾਂਗੇ ਚਲੋ ਠੀਕ